ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣੇ ਦੇ ਬਾਰਡਰ ਤੇ ਡਟੇ ਹੋਏ ਨੇ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਹੋਏ ਵਾਅਦੇ ਸਰਕਾਰਾਂ ਦੇ ਉਹਨਾਂ ਨੂੰ ਪੂਰੇ ਕਰਾਉਣ ਲਈ ਦਿੱਲੀ ਜਾ ਰਹੇ ਸੀ, ਪਰ ਹਰਿਆਣਾ ਸਰਕਾਰ ਨੇ, ਖੱਟਰ ਸਰਕਾਰ ਨੇ ਉਹਨਾਂ ਨੂੰ ਜਿਹੜੀ ਆ ਹਰਿਆਣਾ ਪੰਜਾਬ ਸੀਮਾ ਤੇ ਰੋਕ ਕੇ ਜਿਹੜਾ ਤਸ਼ੱਦਦ ਢਾਇਆ ਜਾ ਰਿਹਾ ਉਹ ਬੜਾ ਮਦਭਾਗਾ। ਜਿੱਥੇ ਰਬੜ ਦੀਆਂ ਗੋਲੀਆਂ ਉਹ ਅਥਰੂ ਗਏ ਦੇ ਗੋਲੇ ਜਿਹੜੇ ਮੈਂ ਸਮਝਦਾ ਕਿ ਆਰਮੀ ਜੰਮੂ ਕਸ਼ਮੀਰ ਵਰਗੇ ਹੋਰ ਕਿਸੇ ਬਹੁਤ ਹੀ ਉੱਦਾਂ ਦੇ ਸੈਂਸਿਟਿਵ ਏਰੀਆ ਦੇ ਵਿੱਚ ਵਰਤਦੀ ਆ, ਉਹ ਰਬੜ ਦੀਆਂ ਜਿਹੜੀਆਂ ਗੋਲੀਆਂ ਨੇ ਉਹ ਇੱਥੇ ਵਰਤੀਆਂ ਜਾ ਰਹੀਆਂ ਨੇ ਜਿਹੜੀਆਂ ਮਦਭਾਗੀਆਂ। ਉਹਦੇ ਨਾਲ ਨਾਲ ਜਿਹੜੀ ਪੰਜਾਬ ਦੀ ਸਰਕਾਰ ਹੈ, ਜਿੱਥੇ ਪੰਜਾਬ ਦੇ ਕਿਸਾਨ ਉੱਥੇ ਗੋਲੀਆਂ ਖਾ ਰਹੇ ਨੇ, ਜਿੱਥੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਡਰੋਨ ਰਾਹੀਂ ਹਮਲੇ ਹੋ ਰਹੇ ਨੇ, ਅਥਰੂ ਕਹਿ ਦੇ ਗੋਲੇ ਸਿੱਟੇ ਜਾ ਰਹੇ ਨੇ, ਇਹ ਵੀ ਵਿੱਚ ਭੂਮਿਕਾ ਨਿਭਾ ਰਹੀ ਹੈ, ਬਿਲਕੁਲ ਗੁੰਮਰਾਹ ਕਰ ਰਹੀ ਹੈ। ਇੱਕ ਗੱਲ ਦੱਸੋ ਕਿ ਪੰਜਾਬ ਸਰਕਾਰ ਦੀ ਬਿਨਾਂ ਪ੍ਰਵਾਨਗੀ ਤੋਂ, ਬਿਨਾਂ ਭਗਵੰਤ ਮਾਨ ਦੀ ਆਗਿਆ ਤੋਂ ਹਰਿਆਣਾ ਪੁਲਿਸ ਜਿਹੜੀ ਇੱਧਰ ਆ ਕੇ ਕਾਰਵਾਈ ਕਰ ਰਹੀ ਹੈ, ਕਿ ਪੰਜਾਬ ਦੇ ਮੁੱਖ ਮੰਤਰੀ ਦੀ ਬਿਨਾਂ ਪ੍ਰਵਾਨਗੀ ਤੋਂ ਸਾਰੇ ਜਿਹੜੇ ਜ਼ਿਲ੍ਹਿਆਂ ਦਾ ਇੰਟਰਨੈਟ ਹੈ ਬੰਦ ਕੀਤਾ ਹੋਇਆ, 22 ਤੋਂ ਵੱਧ ਥਾਣੇ ਅਤੇ ਕਿੰਨੇ ਜ਼ਿਲ੍ਹੇ ਜਿਹੜੇ ਪੰਜਾਬ ਦਾ ਏਰੀਆ ਹਰਿਆਣੇ ਦੇ ਨਾਲ ਲੱਗਦਾ, ਸਾਰਾ ਇੰਟਰਨੈਟ ਬੰਦ ਕੀਤਾ ਹੋਇਆ। ਕਿਉਂ ਕੀਤਾ ਹੋਇਆ ਕਿ ਜਿਹੜਾ ਉੱਥੇ ਜਿਹੜਾ ਕੋਈ ਤਸ਼ੱਦਦ ਜਾਂ ਕੋਈ ਜਿਹੜੀ ਕਾਰਵਾਈ ਹੋ ਰਹੀ ਹੈ, ਇੱਕਦਮ ਜਿਹੜੀ ਆ ਪੰਜਾਬ ਦੇ ਕਿਸਾਨਾਂ ਦੇ ਵਿੱਚ ਹੋਰ ਅੱਗੇ ਨਾ ਜਾਵੇ। ਸੋ ਮੈਂ ਸਮਝਦਾ ਕਿ ਚਾਹੇ ਉੱਥੇ ਕਾਰਵਾਈਆਂ ਹੋ ਰਹੀਆਂ ਨੇ, ਚਾਹੇ ਇੰਟਰਨੈਟ ਬੰਦ ਕੀਤਾ ਹੋਇਆ, ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਬਿਲਕੁਲ ਮਿਲੀ ਹੋਈ ਆ। ਸੋ ਇਹ ਬੜਾ ਮਦਭਾਗਾ ਸਰਕਾਰਾਂ ਨੂੰ, ਚਾਹੇ ਕੇਂਦਰ ਸਰਕਾਰ ਆ, ਚਾਹੇ ਹਰਿਆਣਾ ਸਰਕਾਰ ਆ, ਚਾਹੇ ਪੰਜਾਬ ਸਰਕਾਰ ਆ, ਕਿਸਾਨਾਂ ਦੀਆਂ ਜਿਹੜੀਆਂ ਇਹ ਮਸਲੇ ਨੂੰ ਸਮਝਣਾ ਚਾਹੀਦਾ। ਅਤੇ ਮਾਨ ਸਾਹਿਬ ਤਾਂ ਬੜੀਆਂ ਗੱਲਾਂ ਕਰਦੇ ਸੀ ਕਿ 5 ਮਿੰਟ ਵਿੱਚ MSP ਦੇ ਦਾਂਗੇ ਇਹਦੀ ਸਰਕਾਰ ਕਹਿੰਦੀ ਸੀ। ਸੋ ਮੈਂ ਸਮਝਦਾ ਕੋਈ ਕਿਸੇ ਨੇ ਕੱਖ ਨਹੀਂ ਕੀਤਾ, ਉਲਟਾ ਹਰਿਆਣਾ ਸਰਕਾਰ ਦਾ ਸਾਥ ਦੇ ਕੇ ਉੱਥੇ ਤਸ਼ੱਦਦ ਢਾਉਣ ਦੇ ਵਿੱਚ ਅਤੇ ਇੰਟਰਨੈਟ ਬੰਦ ਕਰਕੇ ਆਪਣਾ ਪੰਜਾਬ ਦੇ ਕਿਸਾਨਾਂ ਦੇ, ਮੈਂ ਸਮਝਦਾ ਕਿ ਪਿੱਠ ਦੇ ਵੀ ਛੁਰਾ ਇਹ ਲੋਕ ਮਾਰ ਰਹੇ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਪੰਜਾਬ 'ਤੇ ਅਸੀਂ ਹਾਂ। ਸੋ ਇਹ ਮਸਲਾ ਜਲਦੀ ਨਿਬੜਨਾ ਚਾਹੀਦਾ, ਕਿਉਂਕਿ ਇਹਦੇ ਨਾਲ ਪੰਜਾਬ ਦਾ ਸਾਰਾ ਕੰਮ ਕਾਰ ਠੱਪ ਪਿਆ। ਜਿੱਥੇ ਕਿਸਾਨ ਤਾਂ ਆਪਣੇ ਬੜੇ ਸ਼ਾਂਤੀਪੂਰਵਕ ਦਿੱਲੀ ਨੂੰ ਜਾ ਰਹੇ ਸੀ, ਪਰ ਉਹਨਾਂ ਨੂੰ ਡੱਕ ਕੇ ਜਿਹੜੇ ਬਾਰਡਰ ਬੰਦ ਕੀਤੇ ਗਏ ਨੇ, ਉਹਦੇ ਨਾਲ ਕਾਰੋਬਾਰ, ਉਹਦੇ ਨਾਲ ਮੈਂ ਸਮਝਦਾ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਕੋਈ ਸਬਜ਼ੀਆਂ, ਕੋਈ ਫਸਲ, ਕੋਈ ਫਰੂਟ ਕਿੰਨੂ ਦਾ ਬਾਹਰ ਜਾਂਦਾ ਸੀ ਉਹ ਸਾਰਾ ਖਰਾਬ ਹੋ ਰਿਹਾ। ਜਿਹੜਾ ਇੱਥੇ ਰੇਟ ਜਿਹੜਾ ਵਧਣੇ ਸ਼ੁਰੂ ਹੋ ਗਏ ਨੇ ਹਰ ਚੀਜ਼ ਦੇ, ਕਿਉਂਕਿ ਬਾਹਰੋਂ ਜਿਹੜਾ ਸਮਾਨ ਆਉਂਦਾ ਸੀ ਉਹ ਬੰਦ ਪਿਆ। ਸੋ ਮੈਂ ਸਮਝਦਾ ਕਿ ਇਹ ਮਸਲਾ ਜਲਦੀ ਨਿਬੜਨਾ ਚਾਹੀਦਾ, ਨਹੀਂ ਇਹਦੇ ਨਾਲ ਸਾਰੇ ਮਸਲੇ ਦੇ ਵਿੱਚ ਜਿੱਥੇ ਸਾਡੇ ਨੌਜਵਾਨ ਵੀਰ ਫੱਟੜ ਹੋ ਰਹੇ ਨੇ, ਜਿੱਥੇ ਕਿਸਾਨੀ ਦਾ ਘਾਣ ਹੋ ਰਿਹਾ, ਉੱਥੇ ਪੰਜਾਬ ਦਾ ਹੋਰ ਵੀ ਬਹੁਤ ਵੱਡਾ ਜਿਹੜਾ ਆਰਥਿਕ ਤੌਰ 'ਤੇ ਨੁਕਸਾਨ ਇਹਦੇ 'ਚ ਹੋ ਸਕਦਾ। ਸੋ ਇਸ ਲਈ ਕਿਸਾਨਾਂ ਦੀਆਂ ਮੰਗਾਂ ਸਰਕਾਰਾਂ ਮੰਨਣ, ਕੀਤੇ ਹੋਏ ਵਾਅਦੇ ਪੂਰੇ ਕਰਨ, ਅਤੇ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ, ਇਹ ਜਿਹੜੀ ਆ ਮਤਲਬ ਸਾਰੀਆਂ ਹਰਿਆਣਾ ਸਰਕਾਰ ਦੇ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਧਰੋਕ ਮਾਰੀ ਉਹ ਤੋਂ ਬਾਅਦ ਆਵੇ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣੇ ਦੇ ਬਾਰਡਰ ਤੇ ਡਟੇ ਹੋਏ ਨੇ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਹੋਏ ਵਾਅਦੇ ਸਰਕਾਰਾਂ ਦੇ ਉਹਨਾਂ ਨੂੰ ਪੂਰੇ ਕਰਾਉਣ ਲਈ ਦਿੱਲੀ ਜਾ ਰਹੇ ਸੀ, ਪਰ ਹਰਿਆਣਾ ਸਰਕਾਰ ਨੇ, ਖੱਟਰ ਸਰਕਾਰ ਨੇ ਉਹਨਾਂ ਨੂੰ ਜਿਹੜੀ ਆ ਹਰਿਆਣਾ ਪੰਜਾਬ ਸੀਮਾ ਤੇ ਰੋਕ ਕੇ ਜਿਹੜਾ ਤਸ਼ੱਦਦ ਢਾਇਆ ਜਾ ਰਿਹਾ ਉਹ ਬੜਾ ਮਦਭਾਗਾ। ਜਿੱਥੇ ਰਬੜ ਦੀਆਂ ਗੋਲੀਆਂ ਉਹ ਅਥਰੂ ਗਏ ਦੇ ਗੋਲੇ ਜਿਹੜੇ ਮੈਂ ਸਮਝਦਾ ਕਿ ਆਰਮੀ ਜੰਮੂ ਕਸ਼ਮੀਰ ਵਰਗੇ ਹੋਰ ਕਿਸੇ ਬਹੁਤ ਹੀ ਉੱਦਾਂ ਦੇ ਸੈਂਸਿਟਿਵ ਏਰੀਆ ਦੇ ਵਿੱਚ ਵਰਤਦੀ ਆ, ਉਹ ਰਬੜ ਦੀਆਂ ਜਿਹੜੀਆਂ ਗੋਲੀਆਂ ਨੇ ਉਹ ਇੱਥੇ ਵਰਤੀਆਂ ਜਾ ਰਹੀਆਂ ਨੇ ਜਿਹੜੀਆਂ ਮਦਭਾਗੀਆਂ। ਉਹਦੇ ਨਾਲ ਨਾਲ ਜਿਹੜੀ ਪੰਜਾਬ ਦੀ ਸਰਕਾਰ ਹੈ, ਜਿੱਥੇ ਪੰਜਾਬ ਦੇ ਕਿਸਾਨ ਉੱਥੇ ਗੋਲੀਆਂ ਖਾ ਰਹੇ ਨੇ, ਜਿੱਥੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਡਰੋਨ ਰਾਹੀਂ ਹਮਲੇ ਹੋ ਰਹੇ ਨੇ, ਅਥਰੂ ਕਹਿ ਦੇ ਗੋਲੇ ਸਿੱਟੇ ਜਾ ਰਹੇ ਨੇ, ਇਹ ਵੀ ਵਿੱਚ ਭੂਮਿਕਾ ਨਿਭਾ ਰਹੀ ਹੈ, ਬਿਲਕੁਲ ਗੁੰਮਰਾਹ ਕਰ ਰਹੀ ਹੈ। ਇੱਕ ਗੱਲ ਦੱਸੋ ਕਿ ਪੰਜਾਬ ਸਰਕਾਰ ਦੀ ਬਿਨਾਂ ਪ੍ਰਵਾਨਗੀ ਤੋਂ, ਬਿਨਾਂ ਭਗਵੰਤ ਮਾਨ ਦੀ ਆਗਿਆ ਤੋਂ ਹਰਿਆਣਾ ਪੁਲਿਸ ਜਿਹੜੀ ਇੱਧਰ ਆ ਕੇ ਕਾਰਵਾਈ ਕਰ ਰਹੀ ਹੈ, ਕਿ ਪੰਜਾਬ ਦੇ ਮੁੱਖ ਮੰਤਰੀ ਦੀ ਬਿਨਾਂ ਪ੍ਰਵਾਨਗੀ ਤੋਂ ਸਾਰੇ ਜਿਹੜੇ ਜ਼ਿਲ੍ਹਿਆਂ ਦਾ ਇੰਟਰਨੈਟ ਹੈ ਬੰਦ ਕੀਤਾ ਹੋਇਆ, 22 ਤੋਂ ਵੱਧ ਥਾਣੇ ਅਤੇ ਕਿੰਨੇ ਜ਼ਿਲ੍ਹੇ ਜਿਹੜੇ ਪੰਜਾਬ ਦਾ ਏਰੀਆ ਹਰਿਆਣੇ ਦੇ ਨਾਲ ਲੱਗਦਾ,
ਸਾਰਾ ਇੰਟਰਨੈਟ ਬੰਦ ਕੀਤਾ ਹੋਇਆ। ਕਿਉਂ ਕੀਤਾ ਹੋਇਆ ਕਿ ਜਿਹੜਾ ਉੱਥੇ ਜਿਹੜਾ ਕੋਈ ਤਸ਼ੱਦਦ ਜਾਂ ਕੋਈ ਜਿਹੜੀ ਕਾਰਵਾਈ ਹੋ ਰਹੀ ਹੈ ਇੱਕਦਮ ਜਿਹੜੀ ਆ ਪੰਜਾਬ ਦੇ ਕਿਸਾਨਾਂ ਦੇ ਵਿੱਚ ਹੋਰ ਅੱਗੇ ਨਾ ਜਾਵੇ। ਸੋ ਮੈਂ ਸਮਝਦਾ ਕਿ ਚਾਹੇ ਉੱਥੇ ਕਾਰਵਾਈਆਂ ਹੋ ਰਹੀਆਂ ਨੇ, ਚਾਹੇ ਇੰਟਰਨੈਟ ਬੰਦ ਕੀਤਾ ਹੋਇਆ, ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਬਿਲਕੁਲ ਮਿਲੀ ਹੋਈ ਆ। ਸੋ ਇਹ ਬੜਾ ਮਦਭਾਗਾ ਸਰਕਾਰਾਂ ਨੂੰ, ਚਾਹੇ ਕੇਂਦਰ ਸਰਕਾਰ ਆ, ਚਾਹੇ ਹਰਿਆਣਾ ਸਰਕਾਰ ਆ, ਚਾਹੇ ਪੰਜਾਬ ਸਰਕਾਰ ਆ, ਕਿਸਾਨਾਂ ਦੀਆਂ ਜਿਹੜੀਆਂ ਇਹ ਮਸਲੇ ਨੂੰ ਸਮਝਣਾ ਚਾਹੀਦਾ। ਅਤੇ ਮਾਨ ਸਾਹਿਬ ਤਾਂ ਬੜੀਆਂ ਗੱਲਾਂ ਕਰਦੇ ਸੀ ਕਿ 5 ਮਿੰਟ ਵਿੱਚ MSP ਦੇ ਦਾਂਗੇ, ਇਹਦੀ ਸਰਕਾਰ ਕਹਿੰਦੀ ਸੀ। ਸੋ ਮੈਂ ਸਮਝਦਾ ਕੋਈ ਕਿਸੇ ਨੇ ਕੱਖ ਨਹੀਂ ਕੀਤਾ, ਉਲਟਾ ਹਰਿਆਣਾ ਸਰਕਾਰ ਦਾ ਸਾਥ ਦੇ ਕੇ ਉੱਥੇ ਤਸ਼ੱਦਦ ਢਾਉਣ ਦੇ ਵਿੱਚ ਅਤੇ ਇੰਟਰਨੈਟ ਬੰਦ ਕਰਕੇ ਆਪਣਾ ਪੰਜਾਬ ਦੇ ਕਿਸਾਨਾਂ ਦੇ, ਮੈਂ ਸਮਝਦਾ ਕਿ ਪਿੱਠ ਦੇ ਵਿੱਚ ਛੁਰਾ ਇਹ ਲੋਕ ਮਾਰ ਰਹੇ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਪੰਜਾਬ 'ਤੇ ਅਸੀਂ ਹਾਂ। ਸੋ ਇਹ ਮਸਲਾ ਜਲਦੀ ਨਿਬੜਨਾ ਚਾਹੀਦਾ, ਕਿਉਂਕਿ ਇਹਦੇ ਨਾਲ ਪੰਜਾਬ ਦਾ ਸਾਰਾ ਕੰਮ ਕਾਰ ਠੱਪ ਪਿਆ। ਜਿੱਥੇ ਕਿਸਾਨ ਤਾਂ ਆਪਣੇ ਬੜੇ ਸ਼ਾਂਤੀਪੂਰਵ ਦਿੱਲੀ ਨੂੰ ਜਾ ਰਹੇ ਸੀ, ਪਰ ਉਹਨਾਂ ਨੂੰ ਡੱਕ ਕੇ ਜਿਹੜੇ ਬਾਰਡਰ ਬੰਦ ਕੀਤੇ ਗਏ ਨੇ, ਉਹਦੇ ਨਾਲ ਕਾਰੋਬਾਰ, ਉਹਦੇ ਨਾਲ ਮੈਂ ਸਮਝਦਾ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਕੋਈ ਸਬਜ਼ੀਆਂ, ਕੋਈ ਫਸਲ, ਕੋਈ ਫਰੂਟ ਕਿੰਨੂ ਦਾ ਬਾਹਰ ਜਾਂਦਾ ਸੀ ਉਹ ਸਾਰਾ ਖਰਾਬ ਹੋ ਰਿਹਾ। ਜਿਹੜਾ ਇੱਥੇ ਰੇਟ ਜਿਹੜਾ ਵਧਣੇ ਸ਼ੁਰੂ ਹੋ ਗਏ ਨੇ ਹਰ ਚੀਜ਼ ਦੇ, ਕਿਉਂਕਿ ਬਾਹਰੋਂ ਜਿਹੜਾ ਸਮਾਨ ਆਉਂਦਾ ਸੀ ਉਹ ਬੰਦ ਪਿਆ। ਸੋ ਮੈਂ ਸਮਝਦਾ ਕਿ ਇਹ ਮਸਲਾ ਜਲਦੀ ਨਿਬੜਨਾ ਚਾਹੀਦਾ, ਨਹੀਂ ਇਹਦੇ ਨਾਲ ਸਾਰੇ ਮਸਲੇ ਦੇ ਵਿੱਚ ਜਿੱਥੇ ਸਾਡੇ ਨੌਜਵਾਨ ਵੀਰ ਫੱਟੜ ਹੋ ਰਹੇ ਨੇ, ਜਿੱਥੇ ਕਿਸਾਨੀ ਦਾ ਘਾਣ ਹੋ ਰਿਹਾ, ਉੱਥੇ ਪੰਜਾਬ ਦਾ ਹੋਰ ਵੀ ਬਹੁਤ ਵੱਡਾ ਜਿਹੜਾ ਆਰਥਿਕ ਤੌਰ 'ਤੇ ਨੁਕਸਾਨ ਇਹਦੇ 'ਚ ਹੋ ਸਕਦਾ। ਸੋ ਇਸ ਲਈ ਕਿਸਾਨਾਂ ਦੀਆਂ ਮੰਗਾਂ ਸਰਕਾਰਾਂ ਮੰਨਣ, ਕੀਤੇ ਹੋਏ ਵਾਅਦੇ ਪੂਰੇ ਕਰਨ, ਅਤੇ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ, ਇਹ ਜਿਹੜੀ ਆ ਮਤਲਬ ਸਾਰੀਆਂ ਹਰਿਆਣਾ ਸਰਕਾਰ ਦੇ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਧਰੋਕ ਮਾਰੀ, ਉਹ ਤੋਂ ਬਾਅਦ ਆਵੇ।